ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਰਮਬੰਸ ਸਿੰਘ ਬੰਟੀ ਰਮਾਣਾ ਨੂੰ ਜ਼ਮਾਨਤ ਮਿਲੀ ਹੈ। ਦਲਜੀਤ ਸਿੰਘ ਚੀਮਾ ਸਾਡੇ ਨਾਲ ਮੌਜੂਦ ਨੇ। ਚੀਮਾ ਸਾਹਿਬ, ਕਿਵੇਂ ਵੇਖੀ ਜੀ ਅੱਜ ਜ਼ਮਾਨਤ ਮਿਲ ਚੁੱਕੀ ਬੰਟੀ ਰਮਾਣਾ ਨੂੰ? ਦੇਖੋ, ਗੱਲ ਇਹ ਕਿ ਜਿਸ ਤਰ੍ਹਾਂ ਦੇ ਕੇਸ ਸੀ, ਜ਼ਮਾਨਤ ਤੱਕ ਪਹਿਲਾਂ ਹੀ ਪਤਾ ਸੀ ਮਿਲ ਜਾਣੀ ਹੈ, ਪਰ ਕੇਸ ਰਜਿਸਟਰ ਕਰਨਾ ਇਸ ਤਰ੍ਹਾਂ ਪੋਲੀਟੀਕਲ ਲਿਹਾਜ਼ ਦੇ ਉੱਤੇ ਇਹ ਬਹੁਤ ਗਲਤ ਕੰਮ ਹੈ, ਕਿਉਂਕਿ ਜੋ ਕੁਝ ਸਰਕਾਰ ਜਿਸ ਤਰੀਕੇ ਕੰਮ ਕਰ ਰਹੀ ਹੈ ਪੋਲੀਟੀਕਲ ਵੰਡੇਟੇ ਦਾ, ਉਹਦੇ 'ਚ ਕ੍ਰਿਟੀਸਿਜ਼ਮ ਬਰਦਾਸ਼ਤ ਨਾ ਕਰਨਾ, ਜੇ ਕੋਈ ਆਪੋਜੀਸ਼ਨ ਵਾਲਾ ਗੱਲ ਕਰਦਾ ਹੈ ਤਾਂ ਉਹਨੂੰ ਥ੍ਰੈਟਨ ਕਰਨ ਦੀ ਕੋਸ਼ਿਸ਼ ਕਰਨੀ, ਇਹ ਰੁਝਾਨ ਜਿਹੜਾ ਡੈਮੋਕ੍ਰੇਸੀ ਦੇ ਵਿੱਚ, ਇਹ ਰੁਝਾਨ ਬੜਾ ਗਲਤ ਹੈ। ਇਸ ਕਰਕੇ ਗਲਤ ਤਾਂ ਰੁਝਾਨ ਦੀ ਹੈ, ਅਦਰਵਾਈਜ਼ ਤਾਂ ਇਹਨਾਂ ਕੇਸਾਂ ਦੇ ਵਿੱਚ ਕੀ ਹੋਣਾ ਹੁੰਦਾ? ਮਤਲਬ ਕਿਹੜਾ ਕੋਈ ਵੱਡਾ ਕ੍ਰਾਈਮ ਕੀਤਾ ਸੀ ਉਹਨੇ ਜਿਹੜਾ, ਜਿਹਦੇ ਕਰਕੇ ਬੜਾ ਖਤਰਾ ਹੋਵੇ ਕਿ ਪਤਾ ਨਹੀਂ ਕੀ ਹੋ ਗਿਆ? ਇਹ ਤਾਂ ਫਜ਼ੂਲ ਕੇਸ ਗਲਤ ਤਰੀਕੇ ਬਣਾਇਆ ਗਿਆ। ਪਰ ਜਿਸ ਤਰੀਕੇ ਦੇ ਖਰਚਾ ਸੀਗਾ ਜੀ ਤੁਹਾਡੇ ਵੱਲੋਂ ਵੀ, ਤੁਸੀਂ ਜਦੋਂ ਉਸ ਸਮੇਂ ਥਾਣੇ ਦੇ ਬਾਹਰ ਪਹੁੰਚਦੇ ਹੋ ਤਾਂ ਜ਼ਿਕਰ ਕਰ ਦਿਓ ਕਿ ਧਾਰਾਵਾਂ ਉਹ ਲਾਈਆਂ ਗਈਆਂ ਨੇ ਜੋ ਨੋਨ ਅਵੇਲੇਬਲ ਨੇਗੀਆਂ, ਲੇਕਿਨ ਅੱਜ ਕੋਰਟ ਨੇ ਜ਼ਮਾਨਤ ਦੇ ਦਿੱਤੀ। ਨਹੀਂ, ਨੋਨ ਅਵੇਲੇਬਲ ਦਾ ਮਤਲਬ ਹੈ ਕਿ ਜਦੋਂ ਥਾਣੇ ਦੇ ਵਿੱਚ ਜ਼ਮਾਨਤ ਨਹੀਂ ਸੀ ਹੋ ਸਕਦੀ, ਕੋਰਟ 'ਚ ਜਾ ਕੇ ਤਾਂ ਹੋਣੀ ਹੁੰਦੀ ਹੈ, ਲੇਕਿਨ ਆਪਣੇ ਵੱਲੋਂ ਇਹਨਾਂ ਦੀ ਕੋਸ਼ਿਸ਼ ਸੀ, ਕਿਉਂਕਿ ਗੱਲ ਤਾਂ ਕੁਛ ਵੀ ਨਹੀਂ ਸੀ ਕਿ ਇੱਕ 2014 ਦੀ ਪੁਰਾਣੀ ਵੀਡੀਓ ਜਿਹੜੀ ਸੋਸ਼ਲ ਮੀਡੀਆ 'ਚ ਚੱਲਦੀ ਹੈ ਉਹਨੂੰ ਫਾਰਵਰਡ ਕਰਨਾ ਕਿੱਡਾ ਕੁ ਵੱਡਾ ਗੁਨਾਹ ਸੀ, ਔਰ ਉਹ ਵੀ ਇੱਕ ਸਟਾਇਰ ਆ ਜਿਹੜੀ ਚੀਜ਼ ਹੈ। ਇਸ ਕਰਕੇ ਇਹਨਾਂ ਨੇ ਤਾਂ ਕੋਸ਼ਿਸ਼ ਕੀਤੀ ਵੀ ਇੱਕ ਵਾਰੀ ਜੇਲ੍ਹ ਭੇਜਣ ਦੀ, ਉਹ ਅਦਾਲਤ ਦਾ ਧੰਨਵਾਦ ਹੈ ਕਿ ਜਦੋਂ ਹੈ ਹੀ ਕੁਛ ਨਹੀਂ ਵਿੱਚ ਉਹਦੇ ਤਾਂ ਉਹਨਾਂ ਨੇ ਜ਼ਮਾਨਤ ਦਿੱਤੀ ਹੈ। ਪਰ ਅਕਾਲੀ ਦਲ ਇਸ ਨੂੰ ਲੈ ਕੇ ਜਾਊਗਾ ਜੀ ਅੱਗੇ ਵੀ, ਕਿਉਂਕਿ ਕਾਨੂੰਨੀ ਪੱਖ ਜਿਸ ਤਰੀਕੇ ਨਾਲ ਜ਼ਮਾਨਤ ਪਰਮਬੰਸ ਸਿੰਘ ਬੰਟੀ ਰਮਾਣਾ ਨੂੰ ਮਿਲ ਗਈ, ਲੇਕਿਨ ਅੱਗੇ ਵੀ ਕਾਨੂੰਨੀ ਪੱਖ ਵੇਖਿਆ ਜਾਵੇਗਾ? ਕਿਉਂਕਿ ਇੱਕ ਛੋਟੀ ਵੀਡੀਓ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਹਰ ਜਗ੍ਹਾ 'ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, 2014 ਦੇ ਵਿੱਚ ਵੀ ਇਹ ਵਾਇਰਲ ਹੋਈ ਸੀਗੀ, ਕੀ ਉਸ ਤਰੀਕੇ ਨਾਲ ਉਹਨੂੰ ਵੇਖਿਆ ਜਾਵੇ? ਨਹੀਂ, ਇਹ ਤਾਂ ਹੁਣ ਕੁਦਰਤੀ ਗੱਲ, ਕੇਸ ਤਾਂ ਚੱਲੇ ਗਏ, ਜ਼ਮਾਨਤ ਹੋ ਗਈ ਆ, ਕੇਸ ਚੱਲੇਗਾ, ਜਦੋਂ ਕੇਸ ਚੱਲੇਗਾ ਤਾਂ ਉਹਦੇ 'ਚ ਸਾਰੀਆਂ ਗੱਲਾਂ ਵਕੀਲ ਸਾਹਿਬਾਨ ਆਪਣਾ ਪੱਖ ਪੇਸ਼ ਕਰਨਗੇ ਵੀ ਇਹ ਗਲਤ ਸੀਗਾ। ਮੈਂ ਕਹਿੰਦਾ ਕਿ ਬੇਸਿਕ ਇਹ ਨਹੀਂ ਕਿ ਇਹਨਾਂ ਚੀਜ਼ਾਂ ਨਾਲ ਤੁਸੀਂ ਕਿਸੇ ਨੂੰ ਡਰਾ ਸਕਦੇ ਹੋ ਜਾਂ ਤੁਸੀਂ ਇਹਦੇ ਨਾਲ ਆਪੋਜੀਸ਼ਨ ਨੂੰ ਕਮਜ਼ੋਰ ਕਰ ਸਕਦੇ ਹੋ, ਇਹ ਗਲਤ ਫਹਿਮੀਆਂ ਹੁੰਦੀਆਂ ਵੀ ਹਰ ਬੰਦਾ ਜੇ ਸਰਕਾਰ ਦੀ ਆਲੋਚਨਾ ਕਰਦਾ, ਡਿਊਟੀ ਆ ਆਪੋਜੀਸ਼ਨ ਦੀ, ਤੁਸੀਂ ਠੀਕ ਕੰਮ ਕਰੋਗੇ ਤਾਂ ਲੋਕ ਉਹਦੀ ਤਾਰੀਫ ਕਰਨਗੇ, ਤੁਸੀਂ ਗਲਤ ਕੰਮ ਕਰੋਗੇ ਲੋਕ ਉਹਦੇ ਖਿਲਾਫ਼ ਆਵਾਜ਼ ਉਠਾਉਣਗੇ, ਆਪ ਤੁਸੀਂ ਕੀ ਕਰਦੇ ਰਹੇ? ਸਾਰੀ ਜਿਹੜੀ ਆਮ ਆਦਮੀ ਪਾਰਟੀ ਹੈ ਇਹੀ ਧਰਨੇ ਮੁਜ਼ਾਹਰੇ ਇਹੀ ਵੀਡੀਓ ਪਾ ਪਾ ਕੇ ਲੋਕਾਂ 'ਤੇ, ਇਹਨਾਂ ਨੇ ਤਾਂ ਬਹੁਤ ਨੀਵੇਂ ਦਰਜੇ 'ਤੇ ਜਾ ਕੇ ਵੀ ਲੋਕਾਂ ਦੇ ਖਿਲਾਫ਼ ਪ੍ਰਚਾਰ ਕੀਤਾ, ਅਤੇ ਅੱਜ ਜਿਹੜੀ ਹੈ ਕੋਈ ਹੈਲਦੀ ਤਰੀਕੇ ਨਾਲ ਵੀ ਕ੍ਰਿਟੀਸਿਜ਼ਮ ਕਰਦਾ ਤਾਂ ਉਹ ਤੋਂ ਧਮਕੀਆਂ ਮਿਲਣ ਲੱਗ ਜਾਂਦੀਆਂ ਸਰਕਾਰ ਨੂੰ, ਕਿਸੇ ਨੂੰ ਝੂਠੇ ਕੇਸ ਫਸਾ ਲਿਆ, ਕਿਸੇ ਨੂੰ ਕੁਛ ਕਰ ਲਿਆ, ਇਹ ਆਦਤ ਠੀਕ ਨਹੀਂ, ਹੈਲਦੀ ਡੈਮੋਕ੍ਰੇਸੀ ਵਾਸਤੇ ਚੀਜ਼ਾਂ ਠੀਕ ਨਹੀਂ। ਕਾਫੀ ਸਾਰੇ ਮਸਲੇ ਨੇ ਪੰਜਾਬ ਦੇ ਵਿੱਚ, ਪਰਾਲੀ ਦਾ ਮਸਲਾ ਕਾਫੀ ਗਰਮਾਇਆ ਹੋਇਆ ਪਰ ਦੇਖਿਆ ਜਾ ਰਿਹਾ ਕਿ ਪੋਲਿਊਸ਼ਨ ਕਾਫੀ ਵੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ, ਦਿੱਲੀ ਤੱਕ ਇਹ ਪ੍ਰਦੂਸ਼ਣ ਜਾ ਰਿਹਾ, ਕਿਵੇਂ ਵੇਖ ਰਹੇ ਹੋ? ਦੇਖੋ, ਗੱਲ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਇਹਨਾਂ ਨੇ ਸਰਕਾਰ ਬਣਾਉਣੀ ਸੀ, ਕੇਜਰੀਵਾਲ ਨੇ ਦੇਸ਼ ਦੇ ਵਿੱਚ ਬੜਾ ਵੱਡਾ ਇੱਕ ਡਰਾਮਾ ਉਸ ਵੇਲੇ ਕੀਤਾ ਸੀ ਕਿ ਸਾਡੇ ਕੋਲ ਪਰਾਲੀ ਨਾ ਜਾਲਣੀ ਪਵੇ, ਇਹਦਾ ਹੱਲ ਲੱਭ ਗਿਆ। ਉਹਨੂੰ ਪਤਾ ਸੀ ਕਿ ਪੰਜਾਬ ਦੇ ਵਿੱਚ ਪਰਾਲੀ ਮੇਜਰ ਇਸ਼ੂ ਹੈ, ਕਿਸਾਨ ਉਹਦੇ ਤੋਂ ਦੁਖੀ ਹੈ, ਪੋਲਿਊਸ਼ਨ ਉਹਦੇ ਨਾਲ ਫੈਲਦੀ ਹੈ, ਅਤੇ ਇਹਨਾਂ ਨੇ ਕਰੋੜਾਂ ਰੁਪਏ ਖਰਚ ਕੇ ਉਹਦਾ ਪ੍ਰਚਾਰ ਕੀਤਾ ਕਿ ਸਾਡੇ ਕੋਲ ਪਰਾਲੀ ਦਾ ਹੱਲ ਲੱਭ ਗਿਆ, ਕਿ ਇੱਕ ਕੈਮੀਕਲ ਲੱਭ ਗਿਆ ਜਿਹੜਾ ਤੁਸੀਂ ਛਿੜਕੋਗੇ ਅਤੇ ਪਰਾਲੀ ਆਪਣੇ ਆਪ ਗਲ ਜਾਏਗੀ। ਹੁਣ ਅੱਜ ਮੈਂ ਪੁੱਛਦਾ ਵੀ ਕਿੱਥੇ ਗਿਆ ਉਹ ਕੈਮੀਕਲ? ਹੁਣ ਕੈਮੀਕਲ ਦੀ ਲੋੜ ਹੈ ਅਤੇ 1.5 ਸਾਲ ਹੋ ਗਿਆ ਹਾਲੇ ਦਿੱਲੀ ਤੋਂ ਕੈਮੀਕਲ ਪੰਜਾਬ ਨਹੀਂ ਪਹੁੰਚ ਸਕਿਆ, ਕਿਉਂਕਿ ਝੂਠ ਸੀ। ਹੁਣ ਕਿਸਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਮੁਲਾਜ਼ਮਾਂ ਨਾਲ, ਜਿਹੜੇ ਛੋਟੇ ਮੁਲਾਜ਼ਮਾਂ ਦਾ ਕੀ ਕਸੂਰ ਹੁੰਦਾ? ਇਹ ਤਾਂ ਇਹਨਾਂ ਨੂੰ ਲੈ ਕੇ ਜਾਓ ਹੁਣ ਖੇਤਾਂ ਦੇ ਵਿੱਚ, ਕੇਜਰੀਵਾਲ ਸਾਹਿਬ ਨੂੰ ਅਤੇ ਦੂਜੇ ਨੂੰ, ਇਹਨਾਂ ਨੂੰ ਸਤਿਕਾਰ ਸਾਹਿਬ ਉੱਥੇ ਬਿਠਾਓ ਅਤੇ ਇਹਨਾਂ ਨੂੰ ਕਹੋ ਵੀ ਦੱਸੋ ਆ ਪਰਾਲੀ ਤੁਹਾਡੇ ਸਾਹਮਣੇ ਇਕੱਠੀ ਕਰਕੇ ਦਿਓ, ਅਤੇ ਜਿਹੜਾ ਤੁਸੀਂ ਐਡਾ ਵੱਡਾ ਕਹਿੰਦੇ ਸੀ ਵੀ ਖੋਜ ਕੀਤੀ ਹੈ ਉਹ ਹੁਣ ਹੱਲ 'ਚ ਵੀ ਲਿਆਓ ਨਾ, ਹੁਣ ਜਾਣ ਉੱਥੇ ਖੇਤਾਂ 'ਚ ਉਹ ਪਾ ਕੇ ਦਿਖਾਉਣ, ਅਤੇ ਨਹੀਂ ਤਾਂ ਜਿਹੜਾ ਐਡਾ ਵੱਡਾ ਝੂਠ ਬੋਲਿਆ ਸੀ ਫਿਰ ਉਹਦੇ ਵਾਸਤੇ ਕੋਈ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ ਨਾ, ਕਿ ਹਰ ਗੱਲ ਵਾਸਤੇ ਤੁਸੀਂ ਗੁੰਮਰਾਹ ਕੁੰਨ ਕੰਮ ਕਰ ਲਓ, ਝੂਠ ਬੋਲੋ ਅਤੇ ਜਦੋਂ ਮੌਕਾ ਆਵੇ ਤੁਸੀਂ ਮੁੱਕਰ ਜਾਓ। ਜੇ ਤੁਸੀਂ ਇਹ ਕਿਹਾ ਸੀ ਕਿ ਅਸੀਂ ਜਿਹੜੇ ਕਿਸਾਨ ਪਰਾਲੀ ਨਹੀਂ ਜਾਲਣਗੇ ਉਹਨਾਂ ਨੂੰ ਪੈਸੇ ਦਿਆਂਗੇ, ਉਹ ਨਹੀਂ ਤੁਸੀਂ ਦਿੱਤੇ, ਮਸ਼ੀਨਰੀ ਉਹਨਾਂ ਤੱਕ ਨਹੀਂ ਪਹੁੰਚੀ, ਅਤੇ ਫਿਰ ਪਤਾ ਹੀ ਹੁੰਦਾ ਹੋਰ ਅਖੀਰ 'ਤੇ ਜਾ ਕੇ ਹੋਣਾ ਕੀ ਹੁੰਦਾ। ਤੁਸੀਂ ਸਾਰਾ ਜ਼ੋਰ ਲਾਇਆ ਪਿਆ ਇਸ਼ਤਿਹਾਰਾਂ ਦੇ ਉੱਤੇ, ਝੂਠੇ ਇਸ਼ਤਿਹਾਰ, ਝੂਠੀ ਜਿਹੜੀ ਹੈਗੀ ਆ ਟੀ ਵੀ ਦੇ ਉੱਤੇ ਐਡਵਰਟਾਈਜਮੈਂਟ, ਉਹਦੇ 'ਤੇ ਤੁਸੀਂ ਕਿੰਨੇ 100 ਕਰੋੜ ਖਰਚ ਦਿੱਤਾ, ਅਤੇ ਇਹੀ ਕੰਮ ਇਹ ਚੰਗੇ ਪਾਸੇ ਲਾ ਲਓ, ਸਹੀ ਕੰਮ ਵਾਲੇ ਪਾਸੇ ਲਾ ਲਓ, ਕਿਸਾਨਾਂ ਨੂੰ ਦੇ ਦਿਓ ਅਤੇ ਆਹ ਪੋਲਿਊਸ਼ਨ ਨਾ ਹੋਵੇ।
ਪਰ ਉਧਰ ਨਹੀਂ ਦੇਣਾ ਤੇ ਫਜ਼ੂਲ ਖਰਚੀ ਕਰੀ ਜਾਣੀ। ਲਗਾਤਾਰ ਵੇਖਿਆ ਜਾ ਰਿਹਾ ਕਿ ਟੀਮਾਂ ਜਿਹੜੀਆਂ ਨੇ ਉਹ ਪਿੰਡਾਂ ਦੇ ਵਿੱਚ ਵੀ ਜਾ ਰਹੀਆਂ ਨੇ ਅਵੇਅਰ ਕਰਨ ਦੇ ਲਈ ਕਿ ਪਰਾਲੀ ਨਾ ਸਾੜੋ, ਲੇਕਿਨ ਕਈ ਥਾਵਾਂ ਦੇ ਵਿਰੋਧ ਵੀ ਜਿਹੜਾ ਉਹ ਵੇਖਣ ਨੂੰ ਮਿਲਿਆ। ਨਹੀਂ ਪਰ ਮੈਂ ਜਿਹੜੀ ਗੱਲ ਕਰਦਾ, ਇੱਕ ਇਨਸਾਨ ਨੇ ਦੇਸ਼ ਦੇ ਸਾਹਮਣੇ ਉਹਦੇ 'ਤੇ ਕਿੰਨੇ ਹੀ ਕਰੋੜ ਖਰਚ ਆਇਆ ਸੀ ਪਰਾਲੀ ਦਾ, ਜਿਹੜਾ ਇਹਨਾਂ ਨੇ ਸਲੂਸ਼ਨ ਲੱਭਿਆ ਸੀ ਕੈਮੀਕਲ ਦਾ ਪ੍ਰਚਾਰ ਕਰਨ 'ਤੇ, ਉਹ ਲੋਕਾਂ ਦਾ ਪੈਸਾ ਸੀ। ਜੇ ਉਹ ਲੋਕਾਂ ਦਾ ਪੈਸਾ ਖਰਚਿਆ ਅੱਜ ਝੂਠ ਸਾਬਤ ਹੁੰਦਾ ਤਾਂ ਉਹ ਇਸ਼ਤਿਹਾਰ ਦੀ ਰਿਕਵਰੀ ਨਹੀਂ ਹੋਣੀ ਚਾਹੀਦੀ ਕੇਜਰੀਵਾਲ ਤੋਂ, ਮੈਂ ਤਾਂ ਇਹ ਗੱਲ ਕਰਦਾ। ਕਿਉਂਕਿ ਮਹਿਕਮੇ ਤਾਂ ਪ੍ਰਚਾਰ ਕਰੇ, ਪ੍ਰਚਾਰ ਨਾਲ ਹੱਲ ਨਹੀਂ ਹੋਣਾ ਮਸਲਾ, ਟੈਕਨੋਲੋਜੀ ਦਾ ਮਸਲਾ, ਕਿਸਾਨ ਨੂੰ ਇਨਸੈਂਟਿਵ ਦੇਣ ਦਾ ਕਿ ਜੇ ਉਹਦਾ ਐਕਸਟਰਾ ਖਰਚਾ ਹੁੰਦਾ ਉਹਨੂੰ ਖੇਤਾਂ ਨੂੰ ਵਾਹੁਣ 'ਤੇ ਤਾਂ ਉਹਨੂੰ ਪੈਸੇ ਦੇ ਦਿਓ, ਉਹਨੂੰ ਸ਼ੌਕ ਨਹੀਂ ਹੈ ਪਾਣੀ ਨੂੰ ਅੱਗ ਲਾਉਣ ਦਾ। ਤੁਸੀਂ ਇੰਨੇ ਕਰੋੜ ਰੁਪਈਆ ਲੋਕਾਂ ਦਾ ਖਰਚ ਦਿੱਤਾ ਵੋਟਾਂ ਲੈਣ ਵਾਸਤੇ, ਵੀ ਸਾਡੇ ਕੋਲ ਹੱਲ ਹੈਗਾ, ਹੱਲ ਤੁਹਾਡੇ ਕੋਲ ਹੈ ਨਹੀਂ ਸੀ, ਅਤੇ ਤੁਸੀਂ ਪੈਸਾ ਜਮ੍ਹਾਂ ਕਰਾਓ ਫਿਰ, ਘੱਟੋ ਘੱਟੋ ਕਿਸਾਨਾਂ ਨੂੰ ਮਿਲਦਾ। ਉਹੀ ਜਿਹੜਾ ਤੁਸੀਂ ਇੰਨੇ ਕਰੋੜ ਖਰਚਿਆ ਉਹਦੇ 'ਤੇ ਪ੍ਰਚਾਰ 'ਤੇ, ਉਹ ਕਿਸਾਨਾਂ ਨੂੰ ਮਿਲਦਾ, ਜਿਹੜਾ 1500 ਰੁਪਇਆ ਜਾਂ ਜਿੰਨਾ ਉਹ ਕਹਿੰਦੇ ਆ ਕਿ ਸਾਨੂੰ ਪਾਲੇ ਕਰ ਦਿਓ, ਉਹਨਾਂ ਉਹਨੂੰ ਦਿੰਦੇ, ਕੁਛ ਤਾਂ ਘੱਟਦਾ। ਅਤੇ ਕਿਉਂ ਤੁਸੀਂ ਇੱਦਾਂ ਦਾ ਕੰਮ ਲੱਗੇ ਹੋ ਕਿ ਆ ਲੁਧਿਆਣੇ ਇੱਕ ਡਿਬੇਟ ਕਰਕੇ ਤੁਸੀਂ ਕਹਿੰਦੇ 30 ਕਰੋੜ ਤੋਂ ਵੀ ਵੱਧ ਕਿਤੇ ਖਰਚਾ ਆ ਗਿਆ, ਅਤੇ ਦੱਸੋ ਇਹਦਾ ਕੀ ਫਾਇਦਾ, ਕੀ ਨਿਕਲਿਆ ਉਹਦੇ 'ਚੋਂ, ਅਤੇ ਕਿਸਾਨਾਂ ਨੂੰ ਦਿੰਦੇ। ਲੱਗਦਾ ਜੀ ਇਸ ਮਸਲੇ ਦਾ ਹੱਲ ਕਿਤੇ ਨਾ ਕਿਤੇ ਕਿਸਾਨਾਂ ਨੂੰ ਨਾਲ ਬਿਠਾ ਕੇ ਵੀ ਨਿਕਲ ਸਕਦਾ, ਕਿ ਉਹੀ ਕੋਈ ਰਸਤਾ ਦੇ ਦੇਣ ਕਿ ਇਸ ਤਰੀਕੇ ਨਾਲ ਹੋ ਜਾਵੇ? ਨਹੀਂ, ਕਈ ਵਾਰੀ ਇਹਦੇ 'ਤੇ ਮੀਟਿੰਗਾਂ ਹੋਈਆਂ, ਉਹਨਾਂ ਦਾ ਇੱਕੋ ਹੀ ਹੈਗਾ ਕਿ ਜਿਹੜਾ ਸਾਡਾ ਖਰਚਾ ਵੱਧ ਆਉਂਦਾ ਉਹ ਸਾਨੂੰ ਕੰਪਨਸੇਟ ਕਰੋ, ਜਾਂ ਜਿਹੜੀ ਮਸ਼ੀਨਰੀ ਚਾਹੀਦੀ ਹੈ ਉਹ ਮਸ਼ੀਨਰੀ ਸਰਕਾਰ ਉਹਨਾਂ ਨੂੰ ਮੁਹੱਈਆ ਕਰਵਾਓ। ਉਹ ਦੋਨੇ ਕੰਮ ਹੁੰਦੇ ਨਹੀਂ, ਇਕੱਲਾ ਤੁਸੀਂ ਉਹਨਾਂ 'ਤੇ ਜ਼ਿੰਮੇਵਾਰੀ ਪਾ ਕੇ ਅਤੇ ਉਹਨਾਂ ਨੂੰ ਛੱਡ ਦਿਓਗੇ ਤਾਂ ਨਹੀਂ, ਤੁਹਾਨੂੰ ਵੀ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਬਾਕੀ ਸਾਰਿਆਂ ਨੂੰ ਨਿਭਾਉਣੀ ਚਾਹੀਦੀ। ਧੰਨਵਾਦ। ਤਾਂ ਬਿਲਕੁਲ ਦਲਜੀਤ ਸਿੰਘ ਚੀਮਾ ਸਾਡਾ ਮੌਜੂਦ ਸੀ, ਔਰ ਇਹੀ ਕਹਿ ਰਹੇ ਨੇ ਕਿ ਜ਼ਿੰਮੇਵਾਰੀ ਨਿਭਾਉਣੀ ਜਿਹੜੀ ਹੈ ਦੋਨੋਂ ਤਰਫੋਂ ਫਰਜ਼ ਹੈ, ਭਾਵੇਂ ਉਹ ਕਿਸਾਨਾਂ ਦਾ ਹੋਵੇ ਭਾਵੇਂ ਸਰਕਾਰ ਦਾ ਹੋਵੇ। ਜੇਕਰ ਮਸ਼ੀਨਰੀ ਕਿਸਾਨ ਮੰਗਦੇ ਨੇ ਤਾਂ ਉਹਨਾਂ ਨੂੰ ਮਸ਼ੀਨਰੀ ਜਿਹੜੀਆਂ ਨੇ ਉਹ ਮੁਆਇਨਾ ਕਰਾਉਣੀ ਚਾਹੀਦੀ ਹੈ, ਜਿਸ ਦੇ ਕਰਕੇ ਇਸ ਪਰਾਲੀ ਤੋਂ, ਇਸ ਪੋਲਿਊਸ਼ਨ ਤੋਂ ਬਚਿਆ ਜਾਵੇ। ਕੈਮਰਾਮੈਨ ਰਵਿੰਦਰ ਨਾਥ ਰੂਪ ਸਿੰਘ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।